ਆਪਾਂ ਚੈਪਟਰ 2 ਹੋਲ ਨੰਬਰ ਪੂਰਨ ਸੰਖਿਆਵਾਂ ਦੀ ਐਕਸਰਸਾਈਜ਼ 2.1 ਦਾ ਚੌਥਾ ਸਵਾਲ ਕਰੀਏ। ਪਹਿਲਾਂ ਆਪਾਂ ਤੀਜਾ ਸਵਾਲ ਕੀਤਾ ਸੀ ਜਿਹਦੇ 'ਚ ਕੀਤਾ ਸੀ ਅਗੇਤਰ ਸਕਸੈਸਰ, ਅੱਜ ਆਪਾਂ ਕਰਨਾ ਪਿਛੇਤਰ ਪ੍ਰੀਡੀਸੈਸਰ। ਪਿੱਛੇ ਅਗੇਤਰ ਦਾ ਮਤਲਬ ਅਗਲਾ, ਪਿਛੇਤਰ ਦਾ ਮਤਲਬ ਪਿਛਲਾ, ਇੱਕ ਕਦਮ ਪਿੱਛੇ ਨੂੰ। ਜਿਵੇਂ ਹੁਣ 10 ਦਾ ਪਿਛੇਤਰ ਕਿੰਨਾ ਹੋਗਾ 9, ਯਾਨੀ ਕਿ 10 ਤੋਂ ਇੱਕ ਕਦਮ ਪਹਿਲਾਂ ਕਿੰਨਾ ਆਉਂਦਾ 9। ਜੇ ਮੈਂ ਪੁੱਛਾਂ 1000 ਦਾ ਪ੍ਰੀਡੀਸੈਸਰ ਕਿੰਨਾ ਹੋਗਾ 999, ਹਜ਼ਾਰ ਤੋਂ ਗਿਣਤੀ 'ਚ ਪਹਿਲਾਂ ਕੀ ਆਉਂਦਾ 999 ਆਈ ਹੈ। ਹੁਣ ਆਪਾਂ ਜੇ ਆਪਾਂ ਛੋਟੀ ਗਿਣਤੀ ਦੇਖੀਏ 10, 20, 30, 40, ਤਾਂ ਤੁਸੀਂ ਮੈਨੂੰ ਮਿੰਟੋ ਮਿੰਟੀ ਹੁਣੇ ਜਵਾਬ ਦੇ ਦਿੱਤਾ ਕਿ 10 ਦਾ ਪਿਛੇਤਰ 9 ਹੈ, ਪਰ ਹਜ਼ਾਰ ਦਾ ਪਿਛੇਤਰ ਦੇਣ ਲੱਗੇ ਜਵਾਬ ਸੋਚਣ ਲੱਗੇ ਨਾ, ਇੱਕ ਬੱਚੇ ਨੇ ਦਿੱਤਾ ਬਾਕੀ ਨੇ ਜਵਾਬ ਨਹੀਂ ਦਿੱਤਾ। ਯਾਨੀ ਕਿ ਜਿਹੜੀ ਗਿਣਤੀ ਆਪਣੇ ਦਿਮਾਗ 'ਚ ਫਿੱਟ ਹੈ ਉਹ ਤਾਂ ਆਪਾਂ ਮਿੰਟੋ ਮਿੰਟੀ ਕਹਿ ਦਿੰਦੇ ਕਿ ਇਹਦਾ ਪਿਛੇਤਰ ਆਵੇ, ਪਰ ਜਦੋਂ ਗਿਣਤੀ ਜਿਹੜਾ ਨੰਬਰ ਦਿਮਾਗ 'ਚ ਫਿੱਟ ਨਹੀਂ ਤਾਂ ਉੱਥੇ ਉਹਦਾ ਪਿਛੇਤਰ ਲੱਭਣਾ ਥੋੜ੍ਹਾ ਜਿਹਾ ਇੱਕ ਪੁਆਇੰਟ ਕੀ ਹੋ ਜਾਂਦਾ ਔਖਾ। ਤਾਂ ਤਰੀਕਾ ਕਿ ਜਿਹੜਾ ਆਪਾਂ ਫਾਰਮੂਲਾ ਅਗੇਤਰ ਸਕਸੈਸਰ 'ਚ ਸਿੱਖਿਆ ਸੀ ਉਹੀ ਫਾਰਮੂਲਾ ਆਪਾਂ ਇੱਥੇ ਕਰਾਂਗੇ। ਕੀ ਹੁਣ ਮੰਨ ਲਓ ਮੈਂ 998 ਦਾ ਪਿਛੇਤਰ ਕਰਦਾਂ, ਅਖੀਰਲਾ ਨੰਬਰ ਕੀ ਕਹਿੰਦੇ ਆ ਇਕਾਈ ਦਾ ਅੰਕ ਯੂਨਿਟ ਡਿਜਿਟ, ਤਾਂ ਇਹਦੇ ਚੋ ਕਿੰਨਾ ਘਟਾਉਣਾ ਯਾਨੀ ਕਿ 998 ਦਾ ਪਿਛੇਤਰ ਆ ਗਿਆ 999। ਕਿਵੇਂ ਪਤਾ ਚੱਲਿਆ? ਇੱਕ ਘਟਾ ਕੇ ਅਗੇਤਰ ਵਿੱਚ ਇੱਕ ਜੋੜਨਾ, ਪਿਛੇਤਰ ਵਿੱਚ ਇੱਕ ਕੀ ਕਰਨਾ ਤੇ ਘਟਾਉਣ ਵੇਲੇ ਕਿਹੜੇ ਡਿਜਿਟ 'ਚ ਘਟਾਉਣਾ? ਇਕਾਈ ਦੇ ਅੰਕ ਯੂਨਿਟ ਡਿਜਿਟ। ਬੱਚੇ ਆਮ ਇਹ ਗਲਤੀ ਕਰਦੇ ਆ, ਪਹਿਲੇ ਨੰਬਰ 'ਚ ਘਟਾਉਣ ਲੱਗ ਜਾਂਦੇ, ਇਹ ਗਲਤ ਹੈ। ਹਮੇਸ਼ਾ ਇਕਾਈ ਦਾ ਅੰਕ ਯਾਨੀ ਕਿ ਅਖੀਰਲਾ ਜਿਹੜਾ ਡਿਜਿਟ ਹੁੰਦਾ ਯੂਨਿਟ ਡਿਜਿਟ ਹੁੰਦਾ ਉਹਦੇ 'ਚੋਂ ਘਟਾਈਏ। ਇਹ ਗੱਲ ਸਮਝ ਲੱਗ ਗਈ? ਕੀ ਗੱਲ ਹੈ? ਹੁਣ ਆਪਾਂ ਕੁਐਸਚਨ ਕਰੀਏ। ਪਹਿਲੀ ਰਕਮ ਹੈਗੀ ਹੈ ਏ ਆਪਸ਼ਨ 1000, ਤਾਂ 1000 ਚੋ ਇੱਕ ਘਟਾਈਏ। ਹੁਣ ਦੇਖੋ ਇੱਕ ਘਟਾਉਣਾ, ਜੀਰੋ ਚੋ ਇੱਕ ਨਿਕਲੂਗਾ? ਇੱਕ ਨਿਕਲਣ ਦਾ ਮਤਲਬ ਹੈ ਉਧਾਰ ਦੇਣਾ, ਜੀਰੋ ਦਾ ਮਤਲਬ ਖਾਲੀ, ਤਾਂ ਖਾਲੀ 1 ਰੁਪਿਆ ਉਧਾਰ ਦੇ ਸਕੂਗਾ? ਨਹੀਂ। ਤਾਂ ਇਸ ਜੀਰੋ ਨੇ ਆਪਣੇ ਨਾਲ ਵਾਲੇ ਦੋਸਤ ਤੋਂ 1 ਰੁਪਿਆ ਕੀ ਮੰਗਿਆ? ਉਧਾਰ। ਜਦੋਂ ਇਹ ਦੋਸਤ ਤੋਂ 1 ਰੁਪਿਆ ਉਧਾਰ ਮੰਗਿਆ, ਇਹ ਤਾਂ ਆਪ ਖਾਲੀ ਹੈ ਕਿਉਂਕਿ ਕੀ ਹੈ? ਜੀਰੋ। ਤਾਂ ਇਹਦੇ ਕੋਲ ਵੀ ਕੁਛ ਹੈ ਨਹੀਂ, ਤਾਂ ਇਹਨੇ ਉਸ ਨੂੰ 1 ਰੁਪਿਆ ਦੇਣ ਲਈ ਆਪਣੇ ਅਗਲੇ ਦੋਸਤ ਤੋਂ 1 ਰੁਪਿਆ ਉਧਾਰ ਮੰਗ ਲਈ। ਹੁਣ ਇਹ ਜੀਰੋ ਵੀ ਕੀ ਹੈ? ਖਾਲੀ। ਇਹਦੇ ਕੋਲ ਵੀ ਕੱਖ ਹੈ ਨਹੀਂ, ਤਾਂ ਇਹਨੇ ਆਪਣੇ ਨਾਲ ਦੇ ਦੋਸਤ ਤੋਂ 1 ਰੁਪਿਆ ਉਧਾਰ ਮੰਗਿਆ। ਜਦੋਂ ਇਹਦੇ ਕੋਲ ਕਿੰਨੇ ਰੁਪਏ ਹੈ? 1 ਰੁਪਿਆ ਹੀ ਹੈ, ਤੇ ਇਹਨੇ 1 ਰੁਪਏ ਹੀ ਉਧਾਰ ਦੇਤਾ, ਤਾਂ ਇੱਥੇ ਕਿੰਨਾ ਰਹਿ ਗਿਆ? ਜੀਰੋ। ਹੁਣ ਇਹਨੂੰ 1 ਰੁਪਿਆ ਉਧਾਰ ਦਿੱਤਾ, ਤਾਂ ਇਹ ਕੀ ਬਣ ਗਿਆ? 10। ਹੁਣ ਇਸ 10 ਨੇ ਆਪਣੇ ਨਾਲ ਵਾਲੇ ਦੋਸਤ ਜਿਹਨੇ 1 ਰੁਪਿਆ ਮੰਗਿਆ ਸੀ ਉਹਨੂੰ ਉਧਾਰ ਦੇਤਾ, ਤਾਂ 10 ਰੁਪਏ ਨੇ 1 ਰੁਪਿਆ ਉਧਾਰ ਦੇਤਾ, ਤੇ ਇੱਥੇ ਕਿੰਨੇ ਰੁਪਏ ਰਹਿ ਗਏ? 9।
ਹੁਣ ਇਹ 10 ਰੁਪਏ ਨੇ ਫੇਰ ਆਪਣੇ ਜਿਹੜੇ ਦੋਸਤ ਨੇ 1 ਰੁਪਿਆ ਮੰਗਿਆ ਸੀ ਉਹਨੂੰ 1 ਰੁਪਿਆ ਉਧਾਰ ਦੇ ਤਾ, ਤਾਂ ਫਿਰ ਇੱਥੇ ਕਿੰਨੇ ਰਹਿ ਗਏ? ਪਰ ਇਹਨੂੰ 1 ਰੁਪਿਆ ਉਧਾਰ ਮਿਲ ਗਿਆ ਨਾ, ਬਣ ਗਿਆ 10 ਰੁਪਏ ਚੋ 1 ਰੁਪਏ ਕਢਾਏ ਕਿੰਨੇ ਰੁਪਏ? ਹੁਣ ਇੱਥੇ 9 ਗੱਲਾਂ ਉਵੇਂ ਦੋਵੇਂ ਆ ਗਿਆ, ਕਿਉਂਕਿ ਇਹਨਾਂ ਤੇ ਕੋਈ ਨੰਬਰ ਨਹੀਂ ਲਿਖਿਆ, 9ਵੇਂ ਦੋਵੇਂ, ਇਹ ਵੀ 9ਵੇਂ ਦੋਵੇਂ, ਇੱਥੇ ਕੀ ਆਊਗਾ? 0। ਤੇ ਨੰਬਰਾਂ ਦੇ ਅੱਗੇ 0 ਲਿਖੋ ਨਾਲੋਂ ਫਰਕ ਨਹੀਂ, ਜੇ ਐਵੇਂ 0 ਲਿਖ ਦੋਗੇ ਤਾਂ ਵੀ ਠੀਕ ਹੈ, ਨਹੀਂ ਲਿਖੋਗੇ ਤਾਂ ਵੀ। ਸਮਝ ਲੱਗ ਗਈ? ਹਾਂਜੀ। ਅੱਗੇ 20 ਸਵਾਲ ਹੈ, 20 80 90, 20 80 90। ਹੁਣ ਫੇਰ 1 ਘਟਾਉਣਾ ਹੈ, ਕਿਹੜੇ ਅੰਕ ਚੋਂ 1 ਘਟਾਉਣਾ ਹੈ? 0 ਤੋਂ। ਇਹ 0 ਅਖੀਰਲੇ ਅੰਕ 1 ਆਏ। ਹੁਣ ਇਹਨੇ 0 ਕੋਲ ਹੈ ਨੀ 1 ਰੁਪਿਆ, ਜਿਹੜੇ ਨਾਲ ਵਾਲੇ ਚ ਉਧਾਰ ਲਿੱਤਾ, ਤਾਂ 9 ਰੁਪਏ ਨੇ 1 ਰੁਪਏ ਉਧਾਰ ਦਿੱਤਾ, ਤੇ ਜੇ ਇਹਨਾਂ ਦਾ ਅੰਕ ਇਹ 10 ਰੁਪਏ ਬਣ ਗਿਆ, ਦਸਾਂ ਚੋਂ 1 ਕੱਢੇ ਇਹ 8 ਦਾ ਖੋਵੇਂ ਨਵੇਂ, ਇਹ ਹੁਣ 0 ਇਹ 0 ਤੋਂ ਕਿਸੇ ਨੇ ਉਧਾਰ ਮੰਗਿਆ, ਤਾਂ ਫਿਰ 0 ਮੇਰਾ ਉਵੇਂ, ਇਹ 8 ਹੋਵੇਂ ਨਵੇਂ, ਇਹ 0 ਮੇਰਾ ਉਵੇਂ, ਇਹ 2 ਮੇਰਾ, ਕਿਉਂਕਿ ਇਹਨਾਂ ਥੱਲੇ ਕੋਈ ਨੰਬਰ ਨਹੀਂ, ਤਾਂ ਇਹ ਇਹਨਾਂ ਕੀ ਹੋ ਗਿਆ? 75। 999 ਦਾ 75 ਹੋ ਗਿਆ। ਸਮਝ ਲੱਗ ਗਈ? 75 ਸਮਝ ਲੱਗ ਗਿਆ।